ਕਰ ਹਾਏ 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 ਮੰਗਾਂ ਨਹੀਂ ਮੰਨਦੇ ਮੁਰਦਾਬਾਦ 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 ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਾਡੇ ਦਰਮਿਆਨ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਮਿੰਨਤਾਂ ਕਰ ਕਰਕੇ ਸਾਡੇ ਨਾਲ ਧਰਨੇ ਦੇ ਵਿੱਚ ਬੈਠਦੇ ਰਹੇ ਅਸੀਂ ਤੁਹਾਡਾ ਆਹ ਕਰਾਂਗੇ ਅਸੀਂ ਤੁਹਾਡਾ ਆਹ ਕਰਾਂਗੇ ਲੇਕਿਨ ਮੁੜ ਕੇ ਇਹਨਾਂ ਨੇ ਕਿਆ ਕੀਤਾ ਇਹਨਾਂ ਨੇ ਕਿਸੇ ਦੀ ਗੱਲ ਸੁਣਨੀ ਸਭ ਕੁਝ ਸੁਣਨਾ ਬੰਦ ਕਰ ਦਿੱਤਾ ਮੈਨੂੰ ਯਾਦ ਹੈ ਸਾਡੇ ਨਾਲ ਟੀਮਾਂ ਬੈਠਿਆ ਮੀਟਿੰਗ ਦੇ ਵਿੱਚ ਜਦੋਂ ਸਾਡੀ ਇਹ ਸਕੇਲਾਂ ਦੀ ਗੱਲ ਚੱਲਦੀ ਸੀ ਟੀਮਾਂ ਕਹਿੰਦਾ ਜੀ ਸਾਡੀ ਸਰਕਾਰ ਬਣ ਗਈ ਅਸੀਂ ਤੁਹਾਨੂੰ ਨਾਲ ਹੀ ਸਭ ਕੁਝ ਕਰ ਦਾਂਗੇ ਜਿਸ ਤਰ੍ਹਾਂ ਪੁਰਾਣੀ ਪੈਨਸ਼ਨ ਨਾਲ ਹੀ ਲਾਗੂ ਕਰ ਦਾਂਗੇ ਲੇਕਿਨ ਇਹਨਾਂ ਨੇ ਕੋਈ ਗੱਲ ਕਿਸੇ ਨਹੀਂ ਸੁਣੀ ਹੁਣ ਇਹਨਾਂ ਨੇ ਕੀ ਰੌਲਾ ਪਾਇਆ ਚੁਟਕਲੇ ਬੋਲਦੇ ਚਾਰ ਸਟੇਜ 'ਤੇ ਆ ਕੇ ਚੁਟਕਲੇ ਬੋਲ ਕੇ ਭੱਜਦੇ ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਹੈ ਹੁਣ ਅਸੀਂ 2 ਤਰੀਕ ਨੂੰ ਸਾਡੇ ਵੱਲੋਂ ਪੈਨਸ਼ਨਾਂ ਵੱਲੋਂ ਸਾਰੀ ਪੰਜਾਬ ਦੀ ਸੰਘਰਸ਼ ਕਮੇਟੀ ਵੱਲੋਂ ਅਸੀਂ ਅੰਬਾਲੇ ਦੇ ਵੀ ਧਰਨਾ ਦੇਣ ਲੱਗੇ ਇਸ ਕਰਕੇ ਇਹਨਾਂ ਦੇ ਖਿਲਾਫ 2 ਤਰੀਕ ਨੂੰ ਸਾਡਾ ਉੱਥੇ ਧਰਨਾ ਹੈ ਰੋਡ ਮਾਰਚ ਵੀ ਹੈ ਔਰ ਉੱਥੇ ਜਾ ਕੇ ਅਸੀਂ ਇਹ ਹਰਿਆਣੇ ਦੇ ਲੋਕਾਂ ਨੂੰ ਦੱਸਾਂਗੇ ਕਿ ਇਹ ਪੰਜਾਬ ਸਰਕਾਰ ਜਿਹੜੀ ਇੱਥੇ ਕਹਿ ਰਹੇ ਵੀ 2000 ਰੁਪਈਆ ਤੁਹਾਨੂੰ ਜਨਾਨੀਆਂ ਦੇਵਾਂਗੇ ਜਨਾਨੀਆਂ ਇਹ ਉੱਥੇ ਇਹਨਾਂ ਤੋਂ 1000 ਰੁਪਏ ਹੋਇਆ ਇਹ ਤੁਹਾਨੂੰ 2000 ਕਿੱਥੋਂ ਦੇ ਦੂੰਗੇ ਇਹ ਪੈਨਸ਼ਨਾਂ ਨੂੰ ਇਹਨਾਂ ਨੇ ਕਿਆ ਕੁਛ ਕੀਤਾ ਮੁਲਾਜ਼ਮਾਂ ਨੇ ਇਹਨਾਂ ਨੇ ਕਿਆ ਕੁਛ ਕੀਤਾ ਤੁਹਾਡੀ ਜੁੱਤੀ ਹੈ ਜੇ ਤੁਹਾਡੀ ਜੁੱਤੀ ਚੱਲ ਗਈ ਤਾਂ ਤੁਹਾਨੂੰ ਮਿਲ ਜਾਣਾ ਜੇ ਤੁਸੀਂ ਇਕੱਠੇ ਰਹੋਗੇ ਤੁਹਾਨੂੰ ਮਿਲ ਜਾਣਾ ਮੈਂ ਇਹਨਾਂ ਨੂੰ ਦੱਸਣਗਾ ਕਿਉਂਕਿ ਪੰਜਾਬ ਦੇ ਵਿੱਚ ਬੜੇ ਬੜੇ ਧਰਨੇ ਹੋ ਲਏ ਹਰ ਵਾਰ ਮੀਟਿੰਗ ਦੇਣ ਦਾ 5-6 ਮੀਟਿੰਗਾਂ ਤਾਂ ਇਹਨੇ PSPCL ਦੇ ਸਾਡੇ ਪੈਨਸ਼ਨ ਨੂੰ ਸੰਘਰਸ਼ ਕਮੇਟੀ ਨੂੰ ਸਾਡੇ ਸਾਰਿਆਂ ਨੂੰ ਦਿੱਤੀਆਂ ਨੇ ਪਰ ਲੇਕਿਨ ਉਹ ਤੋਂ ਬਾਅਦ ਕੀ ਕਰਦਾ ਆਪ ਭੱਜ ਜਾਂਦਾ ਜਿਵੇਂ ਕਿ ਮੈਂ ਇੰਨੀ ਇੱਥੇ ਕੈਂਸਲ ਕਰ ਦਿਓ ਅਗਲੀ ਆਉਂਦੀ ਅਗਲੀ ਵੀ ਕੈਂਸਲ ਕਰ ਦਿੰਦਾ ਤੀਸਰੀ ਆਉਂਦੀ ਫਿਰ ਕੈਂਸਲ ਕਰ ਦਿੰਦਾ ਇਸ ਤਰ੍ਹਾਂ ਇਹਨੇ 5 ਮੀਟਿੰਗਾਂ ਕਹਿੰਦੀਆਂ ਲਗਾਤਾਰ ਕੈਂਸਲ ਕਰ ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਅਸੀਂ ਇੰਪਲਾਈਜ਼ ਤੁਸੀਂ ਇੱਥੇ ਬੈਠੇ ਹੋ ਤੁਸੀਂ ਟੀਚਰ ਸਾਹਿਬਾਨ ਬੈਠੇ ਹੋ ਤੁਹਾਡੇ ਥਰੂ ਬੱਚਿਆਂ ਨੇ ਪੜ੍ਹ ਕੇ ਅੱਗੇ ਜਾਣਾ ਤੁਸੀਂ ਉਹਨਾਂ ਬੱਚਿਆਂ ਨੂੰ ਰਾਹ ਦੱਸਣੇ ਤੁਸੀਂ ਉਹਨਾਂ ਬੱਚਿਆਂ ਨੂੰ SDM ਬਣਾਉਣਾ ਕਿਸੇ ਨੂੰ IAS ਬਣਾਉਣਾ ਕਿਸੇ ਨੂੰ ਪਤਾ ਲੱਗਿਆ ਉਹ ਮਾਸਟਰ ਕੀ ਸੀਗਾ ਉਹ ਸਵੇਰੇ ਸ਼ਰਾਬ ਦੀ ਬੋਤਲ ਲੈ ਖੋਲ੍ਹ ਕੇ ਬਹਿ ਜਾਂਦਾ ਸੀ ਅਤੇ ਸਾਡੇ ਇੱਕ ਬੰਦੇ ਨੇ ਉੱਥੇ ਦੇ ਮਾਨਸਾ ਦੇ ਸਪੈਸ਼ਲ ਗੱਲ ਦੱਸਣੀ ਸਵੇਰੇ ਉਹਨੇ ਸ਼ਰਾਬ ਦੀ ਬੋਤਲ ਖੋਲ੍ਹ ਲੈਣੀ ਉਹਨੂੰ ਸ਼ਾਮ ਨੂੰ ਚੱਕ ਕੇ ਨਿਆਣਿਆਂ ਨੇ ਉਹਦਾ ਸਾਈਕਲ ਵੀ ਘਰ ਛੱਡ ਗਿਆ ਨਾਲੇ ਉਹਨੂੰ ਆਪ ਛੱਡ ਗਿਆ ਇਹ ਕਟੂਟੇ ਕਰਦੇ ਬੰਦੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਦ ਤੱਕ ਤੁਸੀਂ ਸਾਥ ਹੈ ਇਕੱਠਾ ਤੁਹਾਡਾ ਜਿਵੇਂ ਅੱਜ ਮੈਂ ਤੁਹਾਡੀ ਗਿਣਤੀ ਬਹੁਤ ਘੱਟ ਹੈ ਮੇਰੇ ਹਿਸਾਬ ਨਾਲ ਗਿਣਤੀ ਤੁਹਾਡੀ ਵੱਧ ਚਾਹੀਦੀ ਸੀ ਔਰ ਜਦੋਂ ਵੀ ਅਸੀਂ ਕੋਈ ਕੰਮ ਕਰਨਾ ਹੋਵੇ ਇਕੱਠੇ ਹੋ ਕੇ ਇੱਕ ਹੋਰ ਤੇ ਸਾਰੇ ਬੰਦੇ ਅਸੀਂ ਇਕੱਠੇ ਹੋ ਜਾਂਦੇ ਹੁਣ ਸਾਡੇ ਬਿਜਲੀ ਬੋਰਡ ਦੇ ਵਿੱਚ ਪੈਨਸ਼ਨ ਸਭ ਤੋਂ ਵੱਧ ਹੈ ਸਾਡੇ ਪੈਨਸ਼ਨਰਾਂ ਨੂੰ ਇੱਕ ਵਾਰੀ ਮੈਸੇਜ ਆਉਂਦਾ ਔਰ ਜਦੇ ਗੱਡੀਆਂ ਤਿਆਰ ਦੂਜੇ ਦਿਨ ਚਾਹੇ ਪ੍ਰਧਾਨ ਪੈਸੇ ਕੋਲੋਂ ਲਾਉਣ ਚਾਹੇ ਬੰਦੇ ਕੋਲੋਂ ਲਾਉਣ ਇਕੱਠੇ ਕਰਕੇ ਕੋਈ ਪਰਵਾਹ ਨਹੀਂ ਹੁਣ ਤਾਂ ਓਪਨ ਸੀਕਰੇਟ ਹੈ ਔਰ ਇਹਨਾਂ ਦੀ ਸਰਕਾਰ ਦੇ ਵਿੱਚ ਪਲੱਸ ਇਹ ਹੋ ਗਿਆ ਵੀ ਚੋਰੀਆਂ ਡਕੈਤੀਆਂ ਗੁੰਡਾਗਰਦੀ ਸਨੈਚਰ ਮੈਂ ਕਹਿੰਦਾ ਥਾਂ ਥਾਂ ਘੁੰਮਣ ਲੱਗ ਗਏ ਕੋਈ ਸੇਫ ਹੀ ਨਹੀਂ ਹੈ ਬੰਦਾ ਜਾਣੀ ਉਸ ਵਕਤ ਤੋਂ ਸਰਕਾਰ ਬਹੁਤ ਵੀਕੈਸਟ ਸਰਕਾਰ ਹੈ ਜੇ ਇਸ ਸਰਕਾਰ ਤੋਂ ਅਸੀਂ ਪੈਨਸ਼ਨ ਦੀ ਮੰਗ ਨਾ ਮਨਾ ਸਕੇ ਤਾਂ ਲਗਭਗ ਇਹ ਸਮਝਿਓ ਵੀ ਅਸੀਂ ਪੈਨਸ਼ਨ ਦੀ ਮੰਗ ਨਹੀਂ ਮਨਾ ਸਕੇ ਇਸ ਕਰਕੇ ਸਾਥੀਓ ਥੋੜ੍ਹਾ ਜਿਹਾ ਆਪਣੇ ਸੰਘਰਸ਼ ਦਾ ਜਿਹੜਾ ਵਿਆਪਕ ਥੋੜ੍ਹਾ ਜਿਹਾ ਹੈ ਸਾਥੀਓ ਇਸ ਕਰਕੇ ਵੱਲ ਜ਼ੋਰ ਲਾ ਜਿੰਨੇ ਤੁਸੀਂ ਸਾਥੀ ਹੈ ਅਸੀਂ ਪੁਰਾਣੀ ਜਥੇਬੰਦੀ ਦੇ ਤੌਰ 'ਤੇ ਕਈ ਜਥੇਬੰਦੀਆਂ ਇਸ ਗੱਲ ਦਾ ਸਿਹਰਾ ਲੈਂਦੀਆਂ ਪਰ ਸਾਨੂੰ ਇਸ ਗੱਲ ਦਾ ਬਹੁਤ ਸਕੂਨ ਹੈ ਵੀ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਅਸੀਂ ਬਣਾਈ ਅਸੀਂ ਸਾਥੀ ਇਕੱਠੇ ਕੀਤੇ ਉਹਦੀ ਅਗਵਾਈ ਦੇ ਵਿੱਚ ਚੌਧਰਾਂ ਦੇ ਤੌਰ 'ਤੇ ਅਸੀਂ ਅੱਗੇ ਨਹੀਂ ਆਉਂਦੇ
ਸਾਨੂੰ ਇਹ ਨਹੀਂ ਹੈ ਵੀ ਅਸੀਂ ਉਹ ਲੀਡਰ ਉਹਦੇ ਬਣ ਕੇ ਬੈਠੀਏ। ਅਸੀਂ ਚਾਹੁੰਦੇ ਨਵੀਂ ਲੀਡਰਸ਼ਿਪ ਆਵੇ। ਅਸੀਂ ਤਾਂ ਹੁਣ ਆਊਟ ਗੋਇੰਗ ਆ ਸਰ, ਬੋਲ ਕੇ ਗਏ ਇਹ ਚਲੇ ਗਏ। ਅਸੀਂ 14-15 ਨੂੰ ਦਿੱਲੀ ਅਤੇ 22 ਤਰੀਕ ਨੂੰ ਅਸੀਂ ਰੋਪੜ ਵੱਡਾ ਅਜਲਾਸ ਕਰਿਆ ਆਪਣਾ, ਅਤੇ 2 ਤਰੀਕ ਨੂੰ ਅਸੀਂ ਉੱਥੇ ਅੰਬਾਲੇ ਜਾਣਾ ਹੈ। ਸਾਡੇ ਪ੍ਰੋਗਰਾਮਾਂ ਦੇ ਵਿੱਚ ਲਗਾਤਾਰ ਮੈਂ 30 ਤਰੀਕ ਨੂੰ ਅਸੀਂ ਕੱਲ੍ਹ ਨੂੰ DPI ਦਫ਼ਤਰ ਮਿਲਣ ਜਾਣਾ, ਬਦਲੀਆਂ ਪ੍ਰਮੋਸ਼ਨਾਂ ਅਤੇ ਦੂਜੇ ਮਸਲਿਆਂ ਦੇ ਸੰਬੰਧ 'ਚ। ਹੁਣ ਹਰ ਕੋਈ ਮੰਗ ਪੱਤਰ ਪੂਰਾ ਨਹੀਂ ਹੁੰਦਾ ਜਦੋਂ ਤੱਕ ਤੁਹਾਡੀ ਮੰਗ ਜਿਹੜੀ ਹੈ ਪਹਿਲੀਆਂ 2-3 ਮੰਗਾਂ ਦੇ ਵਿੱਚ ਨਾ ਪਾਈ ਜਾਵੇ। ਅਤੇ ਦੂਜਾ ਪੱਖ ਇਹਦਾ ਇਹ ਹੈ, ਜੇ ਇਕੱਲੇ NPS ਮੁਲਾਜ਼ਮ ਇਸ ਸੰਘਰਸ਼ ਨੂੰ ਜਿੱਤਣੀ ਹੈ, ਇਹਨੂੰ ਜਿੱਤੇਗਾ ਸਾਂਝਾ ਸੰਘਰਸ਼। ਬਹੁਤ ਕੁਛ ਸਰਕਾਰ ਕੋਲ ਸਾਡਾ ਪੈਂਡਿੰਗ ਹੈ, DA ਸਾਡਾ ਖਾ ਗਈ ਸਰਕਾਰ, ਆ ਪੇ ਕਮਿਸ਼ਨ ਦੇ ਬਕਾਇਆਂ ਦੇ ਬਾਰੇ 'ਚ ਹਾਈਕੋਰਟ ਦਾ ਫੈਸਲਾ ਆ ਗਿਆ 4 ਮਹੀਨਿਆਂ ਦੇ ਵਿੱਚ, ਆ ਪੈਨਸ਼ਨਰਾਂ ਦਾ 2.5 ਖੜਾ ਸਾਡੇ ਕੋਲ, ਪੇਂਡੂ ਪੱਤਾ ਸਾਡਾ ਖਾ ਗਏ, ACP ਸਾਡੀ ਖਾ ਗਏ, 37 ਪੱਤੇ ਇਹਨਾਂ ਨੇ ਕੱਟਦੇ ਸਾਡੇ। ਇਸ ਕਰਕੇ ਜਿੰਨਾ ਕੁਛ ਬਾਕੀ ਹੈ ਇੰਨੇ ਕੁਛ ਨੂੰ ਹੁਣ ਇਕੱਲੀ ਕਰੀ ਕੋਈ ਧਿਰ ਨਹੀਂ ਲੈ ਸਕਦੀ। ਗੁਰਿੰਦਰ ਜੀ ਖੜ੍ਹੇ ਆ, ਮੈਂ ਤਲਵਾੜੇ ਨੂੰ ਵੀ ਕਿਹਾ ਤਾ ਵੀ ਤਲਵਾੜਾ ਜਿੱਥੋਂ ਤੱਕ ਇਕੱਲੇ ਲੜ ਕੇ ਮੰਗ ਉਭਾਰਨੀ ਸੀ ਉਹਨੂੰ ਸੈਂਟਰਲ ਪਲੇਸ ਦਵਾਉਣੀ ਸੀ, ਉਹ ਤੁਸੀਂ ਦਵਾ ਚੁੱਕੇ ਆ। ਕਿਸੇ ਜਥੇਬੰਦੀ ਦਾ ਮੰਗ ਪੱਤਰ NPS ਮੰਗ ਕਰਮਚਾਰੀਆਂ ਦੀ ਮੰਗ ਪਾਏ ਦੇ ਬਿਨਾਂ ਪੂਰਾ ਨਹੀਂ। ਕਿਸੇ ਸਰਕਾਰ ਦੇ ਨਾਲ ਟੇਬਲ 'ਤੇ ਗੱਲ ਹੁੰਦੀ ਸੀ ਮੰਗਾਂ ਦੇ ਵਿੱਚੋਂ 3-4 ਮੰਗ ਦੇ ਉੱਤੇ ਪੁਰਾਣੀ ਪੈਨਸ਼ਨ ਬਹਾਲੀ ਹੋਊਗੀ। ਹੁਣ ਆਪਸ਼ਨ ਦੇ ਦਿੱਤੀ ਸਰਕਾਰ ਨੇ NPS ਨਾਲੇ UPS 'ਚੋਂ, ਅਸੀਂ ਕਹਿੰਦੇ PG ਵੀ ਦੇ ਦਿਓ OPS ਤੋਂ, ਫਿਰ ਦੇਖੋ ਤੁਹਾਡੀ ਕਿਸ ਭਾਅ ਵਿਕਦੀ ਹੈ, ਦੇ ਕੇ ਦੇਖੋ ਤੁਸੀਂ ਉਹ ਆਪਸ਼ਨ। ਇਸ ਕਰਕੇ ਸਾਥੀਓ ਹੁਣ ਇਹ ਮੰਗ ਜਿਤੂਣੀ ਵੱਡੇ ਸਾਂਝੇ ਸੰਘਰਸ਼ ਦੇ ਵਿੱਚੋਂ। ਉਹਦੇ ਵਿੱਚ ਇਹ ਵੀ ਨਹੀਂ ਹੈ ਹੁਣ ਹੋ ਕੇ ਰਿਹਾ ਜੀ ਅਤੇ ਉਲਟ ਹੁਣ ਪੰਜਾਬ ਦੇ ਵਿੱਚ ਇੱਕੇ ਹਵਾ ਚੱਲ ਗਈ ਵੀ NPS ਦਾ ਕਾਡਰ ਬਹੁਤ ਹੋ ਗਿਆ। ਹਰ ਭਰਤੀ ਦੇ ਵਿੱਚ 2004 ਤੋਂ ਬਾਅਦ ਹਜ਼ਾਰਾਂ ਦੀ ਗਿਣਤੀ 'ਚ ਮੁਲਾਜ਼ਮ ਆ ਗਏ। ਬਾਕੀ ਧਿਰਾਂ ਹੁਣ ਇਹ ਕਹਿੰਦੀਆਂ ਵੀ ਮੈਂ ਵੀ ਆਪਣੀ ਪੁਰਾਣੀ ਪੈਨਸ਼ਨ ਬਣਾ ਲਵਾਂ, ਕੋਈ ਕਹਿੰਦਾ ਪ੍ਰਾਪਤੀ ਫਰੰਟ ਬਣਾ ਲਓ, ਕੋਈ ਕਹਿੰਦਾ ਪ੍ਰਾਪਤੀ ਮੋਰਚਾ ਬਣਾ ਲਓ। ਉਹ ਮੰਗ ਨੂੰ ਕਮਜ਼ੋਰ ਕਰਨ ਦੀ ਗੱਲ, ਹੁਣ ਮੰਗ ਨੂੰ ਕਮਜ਼ੋਰ ਨਹੀਂ ਹੋਣ ਦੇਣਾ। ਮੈਂ ਕਾਡਰ ਨੂੰ ਬੇਨਤੀ ਕਰਦਾ, ਇਹ ਜਥੇਬੰਦੀ ਲਗਾਤਾਰ ਨਿਰੰਤਰ ਸੰਘਰਸ਼ਸ਼ੀਲ ਹੈ ਇਸ ਮੰਗ ਲਈ। ਇਹ ਜਿਹੜੇ ਨਵੇਂ ਆਏ ਸੀਨ 'ਚ, ਇਹ 2004-5-6 'ਚ ਨਹੀਂ ਆਏ, 7 'ਚ ਨਹੀਂ ਆਏ, 8 'ਚ ਨਹੀਂ ਆਏ, 9 'ਚ ਨਹੀਂ ਆਏ, 10 'ਚ ਨਹੀਂ ਆਏ, 11 'ਚ ਨਹੀਂ ਆਏ, 14 'ਚ ਨਹੀਂ ਆਏ, 16 'ਚ ਨਹੀਂ ਆਏ, 20 'ਚ ਨਹੀਂ ਆਏ, 20 ਤੋਂ ਬਾਅਦ ਸਾਰਿਆਂ ਦਾ ਜਨਮ ਹੋਇਆ। ਇਸ ਕਰਕੇ ਇਸ ਫਰੰਟ ਨੂੰ ਆਪਾਂ ਤਕੜਾ ਕਰੀਏ। ਬੰਦੇ ਸੱਚਮੁੱਚ ਥੋੜ੍ਹੀ ਜਿਹੀ ਇੱਕ ਮਾਨਸਿਕਤਾ ਵੀ ਹੈ ਵੀ ਲੋਕ ਇਹ ਚਾਹੁੰਦੇ ਵੀ ਘਰੇ ਬੈਠਿਆਂ ਨੂੰ ਸਭ ਕੁਝ ਮਿਲ ਜਾਵੇ। ਹੁਣ ਉਹ ਸਰਕਾਰਾਂ ਨਹੀਂ ਰਹੀਆਂ ਮਿੱਤਰੋ ਜਿਹੜੀਆਂ ਦੇਸ਼ ਭਗਤ ਸਰਕਾਰਾਂ ਸੀ, ਹੁਣ ਉਹ ਸਰਕਾਰਾਂ ਨਹੀਂ ਰਹੀਆਂ ਜਿਹਨਾਂ ਨੂੰ ਲੋਕ ਜਿਤਾਉਂਦੇ ਤੇ ਹੁਣ ਇਹ ਲੁੱਟਦੇ ਆ ਇਲੈਕਸ਼ਨ ਪੈਸਿਆਂ ਨਾਲ। ਇਸ ਕਰਕੇ ਇਹਨਾਂ ਦੇ ਉੱਤੇ ਪਬਲਿਕ ਦਾ ਉਸ ਲੈਵਲ ਦਾ ਹੁਣ ਇਹ ਨਹੀਂ ਹੈ ਵੀ ਮੋਰਲ ਕਮਾਂਡ ਆ ਯਾਰ ਮੈਨੂੰ ਲੋਕ ਕਿਆ ਕਹੂੰਗੇ। ਹੁਣ ਜਿੰਨਾ ਵੱਧ ਬਦਨਾਮ ਹੁੰਦਾ ਉਹਨਾਂ ਜ਼ਿਆਦਾ ਜਿੱਤਦਾ, ਸਾਡੇ ਸਾਹਮਣੇ ਹੀ ਹੈ ਜਿਹਦੇ 'ਤੇ ਜ਼ਿਆਦਾ ਕੇਸ ਹੈ ਉਹਨੂੰ ਜ਼ਿਆਦਾ ਟਿਕਟਾਂ, ਪਾਰਟੀਆਂ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਦੀਆਂ, ਲੋਕ ਵੀ ਉਹਨਾਂ ਨੂੰ ਜਿੱਤਾ। ਸਾਡੀ ਮੰਗ ਦੀ ਵੀ ਗੱਲ ਹੋਈ ਆ, ਮੈਂ ਤਾਂ ਆਪਣੇ ਆਪ ਤੋਂ ਨਿਗੋਣਾ ਸਮਝਦਾ ਜੇਕਰ ਹੁਣ ਮੈਂ ਇਹਨਾਂ ਦੀ ਕੋਈ ਇਹਨਾਂ ਤੋਂ ਉੱਪਰ ਕੋਈ ਗੱਲ ਕਰਾਂ, ਸਾਰੀਆਂ ਗੱਲਾਂ ਤਾਂ ਇਹਨਾਂ ਨੇ ਕਹਿ ਦਿੱਤੀਆਂ। ਪਰ ਜਿਹੜੀ ਪੈਨਸ਼ਨ ਜਿਵੇਂ ਸਸਕੌਰ ਜੀ ਨੇ ਕਿਹਾ ਪਾਰਟ ਆਫ ਸਾਡੀ ਸੈਲਰੀ ਆ, ਸਾਡਾ ਹਿੱਸਾ ਹੈ, ਇਹ ਸਾਡੀ ਇੱਕ ਜਾਇਜ਼ ਮੰਗ ਆ। ਕਿਉਂਕਿ ਕੋਈ ਨਵੀਂ ਮੰਗ ਤਾਂ ਹੈ ਨਹੀਂ ਜਿਹੜੀ ਸਰਕਾਰ ਰੋਕ ਰਹੀ ਹੈ, ਉਹੀ ਮੰਗ ਆ ਜਿਹੜੀ ਪਹਿਲਾਂ ਮੁਲਾਜ਼ਮਾਂ ਨੂੰ ਪੈਨਸ਼ਨ ਮਿਲਦੀ ਸੀ ਸਰਕਾਰ ਨੇ ਬੰਦ ਕਰ ਦਿੱਤੀ ਬੜੇ ਸਾਨੂੰ ਸਬਜ਼ਵਾਦ ਸਿਖਾ ਕੇ। ਜਦੋਂ 2004 ਦੇ ਵਿੱਚ ਬੰਦ ਹੋਈ ਤਾਂ 5-6-7 ਸਾਲ 2010 ਤੱਕ 2010 'ਚ ਜੁੜੇ ਸੀਗੇ ਇਸ ਮੂਵਮੈਂਟ ਦੇ ਨਾਲ, 10 ਤੱਕ ਮੁਲਾਜ਼ਮਾਂ ਨੂੰ ਬੜੇ ਸਬਜ਼ਵਾਦ ਦਿਖਾਏ ਗਏ।
ਕਿ ਤੁਹਾਨੂੰ ਪੁਰਾਣੀ ਪੈਨਸ਼ਨ ਨਾਲੋਂ ਨਵੀਂ ਪੈਨਸ਼ਨ ਦੇ ਵਿੱਚ ਬੈਨੀਫਿਟ ਜ਼ਿਆਦਾ। ਸਾਨੂੰ ਵੀ ਅਸੀਂ ਜਦੋਂ ਗੱਲ ਕਰਦੇ ਸੀ ਦਫ਼ਤਰਾਂ 'ਚ ਜਾ ਕੇ, ਉਹ ਕਹਿੰਦੇ ਸੀ ਤੁਸੀਂ ਤਾਂ ਭੁੱਲ ਜਾਓ ਪੁਰਾਣੀ ਪੈਨਸ਼ਨ, ਤੁਹਾਨੂੰ ਇੰਨਾ ਪੈਸਾ ਮਿਲਣਾ, ਕਰੋੜਾਂ ਜਿਹੜੇ ਸਾਥੀ 30-32 ਸਾਲ ਨੌਕਰੀ ਕਰਨਗੇ ਉਹਨਾਂ ਨੂੰ ਕਰੋੜ ਤੋਂ ਉੱਪਰ ਰੁਪਈਆ ਮਿਲੇਗਾ। ਪਰ ਜਦੋਂ ਸਾਥੀ 2010-11 ਦੇ ਵਿੱਚ ਰਿਟਾਇਰ ਹੋਣੇ ਸ਼ੁਰੂ ਹੋਏ ਤਾਂ NPS ਦੀ ਪੋਲ ਖੁੱਲ੍ਹੀ ਹੋਵੇ, ਇਹਦੇ ਵਿੱਚ ਤਾਂ ਕੁਝ ਨਹੀਂ, ਸਾਡਾ ਪੈਸਾ ਜਿਹੜਾ ਉਹ ਸ਼ੇਅਰ ਮਾਰਕੀਟ 'ਚ ਲਾਇਆ ਜਾਂਦਾ, ਸਾਨੂੰ ਕਢਾਉਣ ਦਾ ਹੱਕ ਨਹੀਂ। ਮਤਲਬ ਜਿਹੜੇ ਜਿੰਨੇ ਦੇ ਗਲਤ ਪ੍ਰਭਾਵ ਸੀ ਉਹਨਾਂ ਬਾਰੇ ਸਾਨੂੰ ਪਤਾ ਲੱਗਿਆ, ਤਾਂ ਅਸੀਂ 2010 ਦੇ ਵਿੱਚ ਅਸੀਂ ਇਕੱਠੇ ਹੋਏ, ਪਹਿਲੀ ਸਟੇਟ ਦੀ ਮੀਟਿੰਗ ਕੀਤੀ, ਉੱਥੇ 10-12 ਸਾਥੀ ਜ਼ਿਲ੍ਹਿਆਂ 'ਚੋਂ ਆਏ। ਉਸ ਤੋਂ ਬਾਅਦ ਸਭ ਤੋਂ ਪਹਿਲੀ ਰੈਲੀ 2012 ਦੇ ਵਿੱਚ, ਮੈਨੂੰ ਤਰੀਕ ਯਾਦ ਨਹੀਂ, ਸ਼ਾਹਕੋਟ ਦੀ ਬਾਈ ਇਲੈਕਸ਼ਨ ਸੀਗੀ, ਅਸੀਂ ਉੱਥੇ ਕਰੀ ਸੀਗੀ। ਭਾਵੇਂ ਉੱਥੇ ਸਾਡੇ ਪੂਰੇ ਪੰਜਾਬ ਦੇ ਵਿੱਚੋਂ 60-70 ਸਾਥੀ ਪਹੁੰਚੇ ਸੀਗੇ, ਪਰ ਉਸ ਤੋਂ ਅਸੀਂ ਸ਼ੁਰੂਆਤ ਕਰਕੇ ਅੱਜ ਤੱਕ ਲਗਾਤਾਰ ਪੈਨਸ਼ਨ ਵਾਸਤੇ ਲੜ ਰਹੇ ਹਾਂ। ਇਹ ਕੋਈ ਸਾਡੀ ਨਜਾਇਜ਼ ਮੰਗ ਨਹੀਂ, ਸਾਡੀ ਜਾਇਜ਼ ਮੰਗ ਆ, ਸਾਡੇ ਬੁਢਾਪੇ ਦੀ ਡੰਗੋਰੀ ਆ। ਸਾਡਾ ਕੱਟਿਆ ਹੋਇਆ ਪੈਸਾ ਜਦੋਂ ਸਰਕਾਰ ਸਾਨੂੰ ਨਹੀਂ ਦੇ ਰਹੀ ਤਾਂ ਬੜੀ ਸ਼ਰਮ ਦੀ ਗੱਲ ਆ। ਪੈਨਸ਼ਨ ਆਪ ਲੈ ਰਹੇ, ਆਪ ਸਹੂਲਤਾਂ ਦੇ ਰਹੇ ਆ। ਇਹੀ ਸਰਕਾਰ ਜਿਹੜੀ ਬਦਲਾਅ ਦੇ ਨਾਂ 'ਤੇ ਆਈ ਸੀਗੀ, ਸਾਨੂੰ ਵੀ ਇਹਨਾਂ ਨੂੰ ਬਣਾਉਣ ਦੇ ਵਿੱਚ ਇਹਨੇ ਪਹਿਲਾਂ ਬੁਲਾਰੇ ਗੱਲ ਕਰਕੇ ਗਏ ਆ, ਮੁਲਾਜ਼ਮਾਂ ਦਾ ਵੱਡਾ ਯੋਗਦਾਨ ਆ। ਅਸੀਂ ਵੀ ਦੋਸ਼ੀ ਹਾਂ, ਦੋਸ਼ੀ ਨਹੀਂ ਇੱਕ ਪਾਸੇ, ਸਾਨੂੰ ਸੰਤੁਸ਼ਟੀ ਵੀ ਆ, ਕਿਉਂਕਿ ਸਾਡੇ ਮਨਾਂ ਦੇ ਵਿੱਚ ਇਹ ਬਦਲਾਅ ਲਿਆਉਣਾ ਚਾਹੁੰਦੇ ਸੀਗੇ ਅਤੇ ਅਸੀਂ ਲਿਆ ਤਾ। ਜੇ ਨਾ ਹੁਣ ਵੀ ਇਹ ਬਣਦੀ ਸਰਕਾਰ, ਸਾਨੂੰ ਫਿਰ ਰਹਿਣਾ ਸੀ, ਦੇਖੋ ਜੀ ਅਸੀਂ ਇਹਨਾਂ ਨੂੰ ਬਣਾ ਕੇ ਨਹੀਂ ਦੇਖਿਆ, ਪਰ ਅਸੀਂ ਆਪ ਦੀ ਸਰਕਾਰ ਬਣਾ ਕੇ ਸਾਡਾ ਜਿਹੜਾ ਮਨ ਦਾ ਸ਼ੰਕਾ ਸੀਗਾ ਉਹ ਵੀ ਦੂਰ ਹੋ ਗਿਆ, ਅਤੇ ਲੋਕਾਂ ਨੂੰ, ਆਮ ਪਬਲਿਕ ਨੂੰ, ਜਿਹੜੀ ਆ ਸਾਡੇ ਗਰੀਬ ਮਜ਼ਦੂਰ ਆ, ਕਿਸਾਨ ਆ, ਬੇਰੁਜ਼ਗਾਰ ਆ, ਮੁਲਾਜ਼ਮ ਆ, ਸਾਰਿਆਂ ਦੇ ਭੁਲੇਖੇ ਜਿਹੜੇ ਸਰਕਾਰ ਦੇ ਉਹ ਬੜੇ ਜਲਦੀ ਦੂਰ ਹੋ ਗਏ। ਕਿਉਂਕਿ ਹੁਣ ਤੱਕ ਦੀ ਜਿੰਨੀਆਂ ਵੀ ਸਰਕਾਰ, ਹੁਣ ਲੋਕ ਆਪ ਹੀ ਕਹਿਣ ਲੱਗੇ ਇਹਦੇ ਨਾਲ ਤਾਂ ਅਕਾਲੀ ਚੰਗੇ ਸੀਗੇ, ਇਹਨਾਂ ਨਾਲ ਤਾਂ ਕਾਂਗਰਸ ਚੰਗੀ ਸੀਗੀ, ਇਹਨਾਂ ਤੋਂ ਜਿੱਤੀਆਂ ਪੈਂਦੀਆਂ, ਆਉਣ ਵਾਲੇ ਸਮੇਂ 'ਚ ਪੈਣਗੀਆਂ। ਬਾਈ ਇਲੈਕਸ਼ਨ ਆ ਕੇ ਦੇਖਣਾ, ਪਿੰਡਾਂ ਦੇ ਵਿੱਚ ਆਪਾਂ ਘੇਰਾਂਗੇ। ਕੋਈ ਭਗਵੰਤ ਮਾਨ ਦੇ ਦੇਖੋ ਖਾਨਦਾਨੀ ਲੱਛਣ ਸਾਹਮਣੇ ਆ ਕੇ, ਜਿਵੇਂ ਦੱਸ ਰਿਹਾ ਸਾਥੀ ਜੀ ਕਿ ਬਾਪ ਦਾ ਸ਼ਰਾਬੀ ਸੀਗਾ, ਉਹਦੇ ਲੱਛਣ ਦੇਖੋ, ਲੀਵਰ ਇਨਸਪੈਕਸ਼ਨ ਆ, ਉਹਦੇ ਹਾਰਾਂ ਦੇ ਪਾਪ ਕਰ ਪਏ ਆ, ਉਹ ਵੀ ਸ਼ਰਾਬ ਤੋਂ ਬਿਨਾਂ ਗੱਲ ਨਹੀਂ ਕਰਦਾ, ਸਾਡੇ ਪੰਜਾਬ ਨੂੰ ਤਾਂ ਕੀ ਸਾਂਭੂਗਾ। ਇਹਨਾਂ ਦੀ 65 ਵਾਲੇ, ਉਹਨੇ ਬਦਲੀਆਂ ਦਾ ਮੌਕਾ ਦਿੱਤਾ, ਪੈਸਾ ਇਹਨਾਂ ਤੋਂ ਮੰਗਿਆ ਗਿਆ ਸ਼ਰੇਆਮ, ਜਾਣ ਕੇ ਲੋਕਾਂ ਨੂੰ ਜਲੀਲ ਕਰਨ ਦੇ ਲਈ ਦੂਰ ਸਟੇਸ਼ਨ ਦਿੱਤੇ ਜਾਂਦੇ ਆ। ਹੁਣ ਇਹ ਸਾਥੀ ਇੱਥੇ ਬੈਠੇ ਆ, ਜੇ ਇਹਨਾਂ ਨੂੰ ਪਹਿਲਾਂ ਹੀ ਸਟੇਸ਼ਨਾਂ ਦੇ ਜ਼ਿਲ੍ਹਿਆਂ 'ਚ ਦੇ ਦਿੱਤੇ ਜਾਂਦੇ, ਇਹਨਾਂ ਨੂੰ ਸੰਘਰਸ਼ ਕਰਨ ਦੀ ਲੋੜ ਨਹੀਂ ਸੀ, ਨਾ ਇਹਨਾਂ ਨੂੰ ਕਰਪਸ਼ਨ ਵਾਲੇ ਪਾਸੇ ਤੁਰਨ ਦੀ ਲੋੜ ਸੀਗੀ। ਇਹਨਾਂ ਦੇ ਮੰਤਰੀ MLA ਸ਼ਰੇਆਮ ਪੈਸੇ ਮੰਗਦੇ ਆ, ਇਹਨਾਂ ਦੀਆਂ ਕੈਬਨਿਟ 'ਚ ਜਿਹੜੀ ਹੁਣ ਇਹ ਆਪਣਾ ਬਦਲਾਅ ਆਉਂਦਾ, ਕਿਉਂਕਿ ਇਹਨਾਂ ਦਾ ਜਿਹੜਾ ਉੱਪਰ ਬੈਠਾ ਉਹ ਦਿੱਲੀ ਦੇ ਵਿੱਚ ਕੇਜਰੀਵਾਲ, ਉਹਦੇ ਇਸ਼ਾਰੇ 'ਤੇ ਸਰਕਾਰ ਚੱਲਦੀ ਆ, ਜਿਹੜਾ ਉਹਨੂੰ ਪੈਸੇ ਕਮਾ ਕੇ ਦਿੰਦਾ ਉਹਦੀ ਕੁਰਸੀ ਵੀ ਸੇਫ ਆ, ਉਹਨੂੰ ਮੰਤਰੀ ਵੀ ਬਣਾਇਆ ਜਾਂਦਾ। ਆਹ ਦੇਖੋ ਸ਼ਰੇਆਮ ਪੈਸਾ ਚੱਲਦਾ, ਜਿਹੜੇ ਮੰਤਰੀ ਹੁਣ ਗਗਨ ਮੋਲ ਕਿਉਂ ਬਦਨਾਮ ਹੋ ਜਾਣਾ, ਕਰੋੜਾਂ ਰੁਪਇਆ ਕਮਾਇਆ ਪਰ ਉਹਨੂੰ ਉੱਪਰ ਨਹੀਂ ਦਿੱਤਾ, ਲਾਭ ਨੂੰ ਲਾ ਦਿੱਤਾ ਜਾਂਦਾ। ਜਿਹੜਾ ਇਹਨਾਂ ਨੂੰ ਕਮਾਈਦਾਰ ਪੁੱਤ ਮਿਲਦਾ, ਜਿਹੜਾ ਇਹਨਾਂ ਨੂੰ ਕਰੋੜਾਂ ਰੁਪਇਆ ਕਮਾ ਕੇ ਦਿੰਦਾ, ਉਹਨੂੰ ਕੁਰਸੀ ਦਿੱਤੀ ਜਾਂਦੀ, ਉਹਨੂੰ ਮੰਤਰੀ ਪਦ ਦਿੱਤਾ ਜਾਂਦਾ। ਸੋ ਮੈਂ ਬਹੁਤਾ ਕੁਝ ਗੱਲਾਂ ਤਾਂ ਬਹੁਤ ਹੈ, ਪਰ ਸਾਥੀਆਂ ਨਾਲ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਅੱਜ ਜ਼ਿਲ੍ਹਾ ਰੂਪਨਗਰ ਦੇ NPS ਸਾਥੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਵਾਸ ਗੰਭੀਰਪੁਰ ਵਿਖੇ ਧਰਨਾ ਦਿੱਤਾ। ਧਰਨਾ ਦੇਣ ਤੋਂ ਉਪਰੰਤ ਵੱਡੀ ਗਿਣਤੀ ਸਾਥੀਆਂ ਨੇ ਉਹਨਾਂ ਦੀ ਕੋਠੀ ਵੱਲ ਨੂੰ ਕੋਚ ਕੀਤਾ, ਪਰ ਅੱਗੇ ਪੁਲਿਸ ਨੇ ਬੈਰੀਕੋਡਾਂ ਕੋਲ ਰੋਕ ਦਿੱਤਾ ਗਿਆ ਸਾਡੇ ਸਾਥੀਆਂ ਨੂੰ। ਸੋ ਉੱਥੇ ਤਹਿਸੀਲਦਾਰ ਸਾਹਿਬ ਨੇ ਪਹੁੰਚ ਕੇ ਜਿਹੜਾ ਸਾਡਾ ਮੰਗ ਪੱਤਰ ਲਿਆ, ਸੋ ਅਸੀਂ ਇਸ ਮੰਗ ਪੱਤਰ ਰਾਹੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ, ਉਹਨਾਂ ਨੂੰ ਯਾਦ ਵੀ ਕਰਾਉਣਾ ਚਾਹੁੰਦੇ ਹਾਂ ਕਿ 18 ਨਵੰਬਰ 2022 ਨੂੰ
ਇਸ ਪੰਜਾਬ ਦੀ ਸਰਕਾਰ ਨੇ ਆਮ ਆਦਮੀ ਦੀ ਪਾਰਟੀ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ, ਅਧੂਰਾ ਨੋਟੀਫਿਕੇਸ਼ਨ ਹੈ, ਉਸ ਨੂੰ ਪੂਰ ਰੂਪ ਦੇ ਵਿੱਚ ਲਾਗੂ ਕੀਤਾ ਜਾਵੇ ਅਤੇ SOP ਜਾਰੀ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਜਿਹੜੀਆਂ ਜ਼ਿਮਨੀ ਚੋਣਾਂ ਇਹਨਾਂ ਦੇ ਵਿੱਚ ਇਹ ਸਰਕਾਰ ਦਾ ਜਿਹੜਾ ਪੂਰੇ ਤੌਰ 'ਤੇ ਜਿਹੜਾ ਬਾਈਕਾਟ ਕੀਤਾ ਜਾਊਗਾ ਅਤੇ ਇਹਨਾਂ ਦੇ ਹਰ ਇੱਕ ਉਮੀਦਵਾਰ ਨੂੰ ਹਰਾਇਆ ਜਾਵੇਗਾ। ਹਾਂਜੀ ਪ੍ਰਧਾਨ ਜੀ, ਜਿਹੜਾ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਦਾ ਅੱਜ ਧਰਨਾ ਸੀਗਾ, ਧਰਨੇ ਤੋਂ ਬਾਅਦ ਜਿਹੜਾ ਮੰਗ ਪੱਤਰ ਦਿੱਤਾ, ਕੀ ਕਹਿਣਾ ਚਾਹੁੰਦੇ? ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਸਾਰੇ ਪੰਜਾਬ ਦੇ ਵਿੱਚ ਮੰਤਰੀਆਂ ਜਾਂ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਜਿਹੜੇ ਰੋਸ ਪ੍ਰਦਰਸ਼ਨ ਕੀਤੇ ਗਏ ਆ। ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ 22 ਦੇ ਵਿੱਚ ਕਰਤਾ ਸੀ ਪੈਨਸ਼ਨ, ਪੁਰਾਣੀ ਪੈਨਸ਼ਨ ਲਾਗੂ ਕਰਨ ਦਾ, ਸਾਡੀ ਇਹ ਮੰਗ ਹੈ ਵੀ ਸਰਕਾਰ ਅਮਲੀ ਰੂਪ ਦੇ ਵਿੱਚ ਉਹਨੂੰ ਲਾਗੂ ਕਰੇ। ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਪਿਛਲੇ ਲੰਬੇ ਸਮੇਂ ਤੋਂ ਆਪਣੀ ਇਹ ਮੰਗ ਉਠਾ ਰਹੀ ਹੈ। ਪੰਜਾਬ ਤੋਂ ਬਾਅਦ ਹਿਮਾਚਲ ਦੇ ਵਿੱਚ ਚੋਣਾਂ ਹੋਈਆਂ ਅਤੇ ਹਿਮਾਚਲ ਦੇ ਮੁਲਾਜ਼ਮਾਂ ਦੀ ਉਹ ਮੰਗ ਸਰਕਾਰ ਨੇ ਮੰਨ ਕੇ ਉੱਥੇ ਮੁਲਾਜ਼ਮ ਪੁਰਾਣੀ ਪੈਨਸ਼ਨ ਲੈ ਕੇ ਰਿਟਾਇਰ ਹੋ ਰਹੇ ਆ, ਜਦਕਿ ਪੰਜਾਬ ਸਰਕਾਰ ਨੇ ਇੱਕ ਕੇਵਲ ਨੋਟੀਫਿਕੇਸ਼ਨ ਕਾਗਜ਼ ਦਾ ਟੁਕੜਾ ਕਰਤਾ। ਕੋਈ ਸਾਡੀ ਮੰਗ ਜਿਹੜੀ ਉਹਦੇ ਵੱਲ ਸਰਕਾਰ ਨੇ ਧਿਆਨ ਨਹੀਂ ਦਿੱਤਾ। ਅਸੀਂ ਇਹ ਮੰਗ ਕਰਦੇ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਮੰਗ ਪੱਤਰ ਦਿੱਤੇ ਆ ਪੁਰਾਣੀ ਪੈਨਸ਼ਨ ਕਮੇਟੀ ਦੇ ਸੱਦੇ 'ਤੇ। ਇਹ ਮੰਗ ਬੜੀ ਵਾਜਬ ਮੰਗ ਹੈ ਅਤੇ ਸਰਕਾਰ ਨੂੰ ਇਹ ਤੁਰੰਤ ਮੰਨਣੀ ਚਾਹੀਦੀ। ਇਹਨਾਂ ਦੇ ਮੈਨੀਫੈਸਟੋ ਦੇ ਵਿੱਚ CM ਸਾਹਿਬ ਆਪ ਐਲਾਨ ਕਰ ਚੁੱਕੇ ਆ, ਇਹਨਾਂ ਦੇ ਜਿਹੜੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਉਹ ਐਲਾਨ ਕਰ ਚੁੱਕੇ ਆ, ਇਹਨਾਂ ਦੇ ਮੰਤਰੀ ਸੰਤਰੀ ਥਾਂ ਥਾਂ ਐਲਾਨ ਕਰ ਚੁੱਕੇ ਆ। ਇਸ ਕਰਕੇ ਮੰਗ ਸਰਕਾਰ ਸਾਡੀ ਇਹ ਮੰਗ ਹੈ ਵੀ ਤੁਰੰਤ ਅਤੇ ਮੰਗ ਮੰਨ ਕੇ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਇਨਸਾਫ ਦੇਵੇ ਤਾਂ ਕਿ ਉਹ ਮੁਲਾਜ਼ਮ ਆਪਣਾ ਭਵਿੱਖ ਜਿਹੜਾ ਬੁਢਾਪੇ ਦੀ ਜਿਹੜੀ ਦਮੋਰੀ ਆ ਉਹ ਲੈ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਅਤੇ ਸਰਕਾਰ ਦੇ ਲਈ ਸਿਆਸੀ ਤੌਰ 'ਤੇ ਵੀ ਇਹ ਬੜਾ ਬੈਨੀਫਿਟ ਹੋਊ, ਜੇ ਸਰਕਾਰ ਇਹ ਮੰਗ ਮੰਨਦੀ ਹੈ ਤਾਂ ਬਹੁਤ ਸਾਰੇ ਮੁਲਾਜ਼ਮਾਂ ਦੇ ਵਿੱਚ ਇਸ ਗੱਲ ਦੇ ਲਈ ਸਰਕਾਰ ਦੇ ਪ੍ਰਤੀ ਜਿਹੜੀ ਹਮਦਰਦੀ ਪੈਦਾ ਹੋਊ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਤੁਰੰਤ ਮੰਨ ਕੇ ਪੁਰਾਣੀ ਪੈਨਸ਼ਨ ਜਿਹੜੀ ਹੈ ਉਹ ਲਾਗੂ ਕਰੇ।